ਮੈਂ ਪਰसों ਫਤਿਹਗੜ੍ਹ ਸਾਹਿਬ ਦੇ ਪਿੰਡ ਦੇ ਵਿੱਚ ਇੱਕ ਵਿਕਸਿਤ ਭਾਰਤ ਦੇ ਪ੍ਰੋਗਰਾਮ 'ਚ ਗਿਆ। ਜੀ। ਇੱਕ ਬਜ਼ੁਰਗ ਮੈਨੂੰ ਜੱਫੀ ਪਾ ਕੇ ਰੋਣ ਲੱਗ ਗਿਆ ਆਂਦਾ ਪੁੱਤਰਾ ਮੈਨੂੰ ਤਾਂ ਹੁਣ ਪਤਾ ਲੱਗਿਆ ਸਕੀਮ મોદી ਵਾਲੀ ਸੀ। ਜੀ। ਆਂਦਾ ਮੇਰੇ ਸਟੈਂਟ ਪਾਉਣ ਨੂੰ ਕਹਤਾ ਡਾਕਟਰਾਂ ਨੇ ਤੇ ਮੇਰੇ ਬੱਚੇ ਮੈਨੂੰ ਜਵਾਬ ਦੇ ਗਏ ਵੀ ਸਾਡੇ ਕੋਲੇ ਬਾਪੂ ਪੈਸੇ ਹੈ ਨਹੀਂ। ਹੂੰ। ਆਂਦਾ ਮੇਰਾ મોદી ਵਾਲਾ ਆਹ ਕਾਰਡ ਜਿਹੜਾ ਬਣਿਆ ਇਹਦੇ ਜਰੀਏ ਮੇਰੇ ਸਟੈਂਟ ਪਏ ਦੋ ਸਟੈਂਟ ਪਏ ਆਂਦਾ। ਜਿਹਅੱਜ ਮੇਰਾ ਜੀਵਨ ਹੈ ਨਾ ਆਂਦਾ ਹੂੰ ਤੇ ਉਸਮਾਨ ਭਾਰਤ ਕਰਕੇ ਮੋਦੀ ਦੇ ਦਿੱਤੇ ਕਾਰਡ ਕਰਕੇ ਐ ਤੇ ਹੁਣਾਂ ਦਾ ਮੈਂ ਆਪਦਾ ਆਖਰੀ ਸਾਹ ਮੋਦੀ ਸਾਹਿਬ ਨੂੰ ਤੀਜੀ ਵਾਰੀ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਨਹੀਂ ਲਾਉਂਗਾ ਜੀ ਪਿੰਡਾਂ ਦੇ ਵਿੱਚ ਅੱਗੇ ਪਤਾ ਹੀ ਨਹੀਂ ਸੀ ਵੀ ਜਿਹੜੀਆਂ ਸਕੀਮਾਂ ਇਹ ਗਵਰਨਮੈਂਟ ਆਫ ਇੰਡੀਆ ਦੀਆਂ ਐ ਇਹ ਨਰਿੰਦਰ ਮੋਦੀ ਜੀ ਦੀਆਂ ਹੁਣ ਜਦੋਂ ਮੋਦੀ ਦੀ ਗਰੰਟੀ ਵਾਲੀ ਗੱਡੀ ਜਾਂਦੀ ਐ ਪਿੰਡਾਂ 'ਚ ਜਾ ਕੇ ਦੇਖੋ ਮੇਲਾ ਲੱਗਿਆ ਬਿਲਕੁਲ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਜਿਹੜੀਆਂ ਚਾਹੇ ਯੁਸ਼ਮਾਨ ਭਾਰਤ ਹੋਵੇ ਚਾਹੇ ਕੋਈ ਪੈਨਸ਼ਨਾ ਹੋਣ ਚਾਹੇ ਪਿੰਡ ਦੀਆਂ ਗਰੰਟਾ ਹੋਣ ਚਾਹੇ ਕੋਈ ਕਿਸੇ ਤਰ੍ਹਾਂ ਦੀ ਇਨਸ਼ੋਰੈਂਸ ਹੋਵੇ ਜਿੰਨੀਆਂ ਸਕੀਮਾਂ ਟੋਟਲ ਦੇਸ਼ ਦੀ ਸਰਕਾਰ ਦੀਆਂ ਸਕੀਮਾਂ ਤੇ ਮੋਦੀ ਸਾਹਿਬ ਦਾ ਸੁਪਨਾ ਹੈ ਉਹਨਾਂ ਦੀ ਇੱਕ ਅਪੀਲ ਵੀ ਹੈ ਸਾਨੂੰ ਕਿ ਤੁਸੀਂ ਜਾ ਕੇ ਇਹ ਨਹੀਂ ਪੁੱਛਣਾ ਮੁੰਡਿਓ ਵੀ ਇਹ ਕਿਹੜੀ ਪਾਰਟੀ ਦਾ ਵਰਕਰ ਹੈ ਇਹਨੇ ਵੋਟ ਪਹਿਲਾਂ ਕਿਹਨੂੰ ਪਾਈ ਹੈ ਤੇ ਬਾਅਦ ਚ ਕਿਹਨੂੰ ਪਾਊਗਾ ਅੱਜ ਮੇਰੇ ਲਈ ਸਾਰੇ ਹਿੰਦੁਸਤਾਨੀ ਇੱਕ ਹੈ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹਾਂ ਤੁਸੀਂ ਲਾਈਨ 'ਚ ਖੜਾ ਜਿਹੜਾ ਹਰੇਕ ਲਾਭਪਾਤਰੀ ਐ ਜਿਹਨੂੰ ਲੋੜ ਐ ਕਾਰ 'ਚ ਬੈਠਾ ਹਰੇਕ ਲਾਭਪਾਤਰੀ ਐ ਤੁਸੀਂ ਉਹਦੇ ਤੱਕ ਮੇਰੀਆਂ ਸਕੀਮਾਂ ਲੈ ਕੇ ਜਾਣੀਆਂ ਐ ਹਰੇਕ ਬੰਦੇ ਨੂੰ ਲਾਭ ਦੇਣਾ ਲੋਕਾਂ ਦੇ ਲਈ ਆਪਾਂ ਸੇਵਾ ਕਰਨੀ ਐ ਵੋਟ ਕਰਕੇ ਨਹੀਂ ਬਾਕੀ ਪਾਰਟੀਆਂ ਨੂੰ ਵੋਟ ਕਿਨੂੰ ਪਾਈ ਐ ਕਿਉਂ ਪਾਉਂਗੇ ਨਾ ਅਸੀਂ ਪੁੱਛੀਦਾ ਅਸੀਂ ਸਿਰਫ ਜਾ ਕੇ ਪਿੰਡਾਂ 'ਚ ਸਕੀਮਾਂ ਦੱਸੀਦੀਆਂ ਚ ਲੋਕਾਂ ਨੂੰ ਸਾਨੂੰ ਬੜਾ ਵੱਡਾ ਆਸ਼ੀਰਵਾਦ ਦੇ ਰਿਹਾ ਪਿੰਡਾਂ ਦੇ